हां जी फ्रेंड्स वेलकम टू इन्फो बॉट अल्गोमेंट जॉब्स ਗੱਲ ਕਰਾਂਗੇ ਆਰਮੀ ਪਬਲਿਕ ਸਕੂਲ ਅੰਬਾਲਾ ਕੈਂਟ ਵਿਖੇ ਰੈਗੂਲਰ ਬੇਸਿਸ ਤੇ ਨਿਕਲੀਆਂ ਹੋਈਆਂ ਪੋਸਟਸ ਬਾਰੇ ਕਿੰਨੀਆਂ ਪੋਸਟਸ ਨੇ ਕੀ ਕੁਆਲਿਫੀਕੇਸ਼ਨ ਹੈ ਲਾਸਟ ਡੇਟ ਕੀ ਰਹੇਗੀ ਸਾਰੀ ਡਿਟੇਲ ਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਲਓ ਸਟਾਰਟ ਕਰਦੇ ਆਂ ਵੀਡੀਓ ਜੀ ਜਿਹੜੀਆਂ ਇਹ ਪੋਸਟਸ ਨੇ ਇੰਟਰਵਿਊ ਹੈ ਇਹਨਾਂ ਦੀ ਆਰਮੀ ਸਕੂਲ ਵਿਕੇ ਆਰਮੀ ਪਬਲਿਕ ਸਕੂਲ ਅੰਬਾਲਾ ਕੈਂਟ ਵਿਕੇ ਪੋਸਟਰਸ ਦੀ ਗੱਲ ਕਰ ਲੈਣੇ ਆ ਸੀਰੀਅਲ ਨੰਬਰ 1 ਤੇ ਜਿਹੜੀਆਂ ਪੋਸਟਰਸ ਨੇ ਪੀਜੀਟੀ ਦੀ ਪੋਸਟ ਹੈ ਜੀ ਪੀਜੀ ਦੀ ਪੋਸਟ ਸਬਜੈਕਟ ਫਿਜ਼ਿਕਸ ਦੀਆਂ ਤਿੰਨ ਨੇ ਜੀ ਪੋਲੀਟੀਕਲ ਸਾਇੰਸ ਦੀ ਇੱਕ ਹੈ ਮੈਥ ਦੀ ਇੱਕ ਹੈ ਇੰਗਲਿਸ਼ ਦੀ ਇੱਕ ਹੈ ਤੇ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਹੈ ਪੋਸਟ ਗ੍ਰੈਜੂਏਟ ਟੀਚਰ ਤੋਂ ਬਾਅਦ ਟ੍ਰੇਨ ਗ੍ਰੈਜੂਏਟ ਟੀਚਰ ਦੀ ਗੱਲ ਕਰ ਲੈਣੇ ਆ ਟੀਜੀਟੀ ਦੀ ਇੰਗਲਿਸ਼ ਦੀਆਂ ਦੋ ਨੇ ਜੀ ਸਾਇੰਸ ਦੀ ਇੱਕ ਹੈ ਮੈਥ ਦੀਆਂ ਦੋ ਨੇ ਜਿਹੜੇ ਫਰੈਸ਼ ਕੈਂਡੀਡੇਟਸ ਨੇ ਬੈਲੋ ਦਾ ਏਜ ਆਫ 40 ইয়ার্স 40 ਸਾਲ ਤੋਂ ਘੱਟ ਨੇ ਅਤੇ ਐਕਸਪੀਰੀਅנס ਕੈਂਡੀਡੇਟ ਜਿੰਨਾ ਕੋਲੇ 5 ਸਾਲ ਦਾ ਘੱਟੋ ਘੱਟ ਦਾ ਐਕਸਪੀਰੀਅנס ਹੈ ਇਨ ਦਾ ਲਾਸਟ 10 ইয়ার্স ਚ ਬੈਲੋ ਦਾ ਏਜ ਆਫ 57 ইয়ার্স ਇਨਕਲੂਡਿੰਗ এক্স ਸਰਵਿਸਮੈਨ ਪਰਸਨਲ ਮਤਲਬ ਕਿ 57 ਸਾਲ ਤੋਂ ਘੱਟ ਜਿਹੜੇ এক্স ਸਰਵਿਸਮੈਨ ਨੇ ਪਰਸਨਲ ਦੇ ਉਹ ਵੀ ਅਪਲਾਈ ਕਰ ਸਕਦੇ ਨੇ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜਿਹੜੀਆਂ ਐਜੂਕੇਸ਼ਨ ਕੁਆਲੀਫਿਕੇਸ਼ਨ ਰਹਿਣਗੀਆਂ ਉਹ ਐਜ਼ ਪਰ ਸੀਬੀਐਸਸੀ ਬਾਈ ਲਾਜ਼ ਫੋਰ ਦਾ ਪੋਸਟ ਸੀਬੀਐਸਸੀ ਦੇ ਲਾਜ਼ ਦੇ ਅਕੋਰਡਿੰਗ ਜਿਹੜੀ ਜਿਹੜੀ ਕੁਆਲੀਫਿਕੇਸ਼ਨ ਬਣਦੀ ਹੈ ਉਹ ਪੋਸਟਸ ਰਹਿਣਗੀਆਂ ਸੀਐਸਬੀ ਕੁਆਲੀਫਾਈਡ ਫੋਰ ਪੀਜੀਟੀ ਟੀਜੀਟੀ ਸੀ ਟੈਟ ਟੈਟ ਇਜ਼ ਮੰਡੇਟਰੀ ਫੋਰ ਟੀਜੀਟੀ ਮਤਲਬ ਕਿ ਸੈਂਟਰਲ ਟੈਟ ਹੈ ਜਿਹੜਾ ਜਾਂ ਟੈਟ ਟੀਚਰ ਲਈ ਜੀ ਵੀ ਟੈਸਟ ਹੈ ਉਹ ਟੀਜੀਟੀ ਦੇ ਲਈ ਲਾਜ਼ਮੀ ਹੈ ਜੀ ਟੈਟ ਪਾਸ ਕੀਤਾ ਹੋਣਾ ਚਾਹੀਦਾ ਉਹਨੇ ਚਾਹੀਏ ਸੈਂਟਰ ਦਾ ਟੈਟ ਚਾਹੀਏ ਪੰਜਾਬ ਦਾ ਟੈਟ ਟੈਟ ਪਾਸ ਕੀਤਾ ਹੋਣਾ ਚਾਹੀਦਾ ਜੀ ਦਾ ਪੋਸਟ ਇਜ਼ ਲਾਇਬਲ ਟ੍ਰਾਂਸਫੇਰਬਲ ਵਿਦਨ ਦਾ ਏ ਪੀ ਐਸ ਮਤਲਬ ਕਿ ਆਰਮੀ ਪਬਲਿਕ ਸਕੂਲ ਦੇ ਕਿਸੇ ਵੀ ਬ੍ਰਾਂਚ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਕੂਲ ਚ ਸੋਨੂੰ ਟ੍ਰਾਂਸਫਰ ਕਰ ਸਕਦੇ ਆ ਜਿਵੇਂ ਆਰਮੀ ਅੰਬਾਲਾ ਕੈਂਟ ਸਕੂਲ ਪਟਿਆਲਾ ਦੀਆਂ ਨੇ ਅੰਬਾਲਾ ਵੀ ਕਰ ਸਕਦੇ ਜਿੱਥੇ ਜਿੱਥੇ ਇਹਨਾਂ ਦੇ ਆਰਮੀ ਪਬਲਿਕ ਸਕੂਲ ਨੇ ਉੱਥੇ ਤੁਹਾਡੀ ਜਿਹੜੀ ਪੋਸਟ ਹੈ ਉਹ ਟ੍ਰਾਂਸਫਰ ਹੋ ਸਕਦੀ ਹੈ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਇਸ ਚੀਜ਼ ਨੂੰ ਨੈਕਸਟ ਗੱਲ ਕਰ ਲੈਣੇ ਆ ਜੀ ਪਲੀਜ਼ ਅਪਲਾਈ ਓਨ ਫਾਰਮੈਟ 기ਵਨ ਓਨ ਸਕੂਲਸ ਵੈਬਸਾਈਟ ਅਲੋਂਗ ਵਿਦ ਦਾ ਅਟੈਸਟਡ ਫੋਟੋਕਾਪੀਜ਼ ਆਫ ਸਰਟੀਫਿਕੇਟਸ ਐਂਡ ਪ੍ਰੋਸੈਸਿੰਗ ਫੀ ਆਫ 100 ਮਤਲਬ ਕਿ ਜਿਹੜੀ ਇਹਨਾਂ ਦੀ ਪ੍ਰੋਸੈਸਿੰਗ ਫੀ ਹੋਏਗੀ ਉਹ 100 ਰੁਪਿਆ ਹੈ ਤੇ ਉਸ ਤੋਂ ਬਾਅਦ ਪ੍ਰਿੰਸੀਪਲ ABC APS ਅੰਬਾਲਾ ਕੈਂਟ ਬਾਈ 20 ਜਨਵਰੀ 2021 ਬੈਂਕ ਡਰਾਫਟ ਸ਼ੁੱਡ ਬੀ ਇਨ ਫੇਵਰ ਆਫ ਐਪੀਐਸ ਅੰਬਾਲਾ ਕੈਂਟ ਐਂਡ ਪੇਏਬਲ ਐਟ ਅੰਬਾਲਾ ਇਨਕਮਪਲੀਟ ਐਪਲੀਕੇਸ਼ਨ ਨੋਟ ਐਸ ਪਰ ਫਾਰਮੈਟ ਵਿਲ ਬੀ ਕਨਸੀਡਰਡ ਬੈਂਕ ਡਰਾਫਟ ਤੁਸੀਂ ਡੀਡੀ ਬਣਵਾਉਣੀ ਹੈ ਜੀ ਜਿਸ ਦੇ ਫੇਵਰ ਚ ਬਣਵਾਉਣੀ ਹੈ ਐਪੀਐਸ ਅੰਬਾਲਾ ਕੈਂਟ ਦੀ ਅਤੇ ਪੇਏਬਲ ਹੋਵੇ ਅੰਬਾਲਾ 100 ਰੁਪਏ ਦੀ ਡੀਡੀ ਬਣਉਣੀ ਹੈ ਉਸ ਤੋਂ ਬਾਅਦ ਜਿਹੜੇ ਚਾਰजेस ਲੱਗਦੇ ਆ ਉਹ ਤੁਸੀਂ ਜਦੋਂ ਬੈਂਕ ਵਿਜ਼ਿਟ ਕਰੋਗੇ ਅਲੱਗ-ਅਲੱਗ ਬੈਂਕ ਦੇ ਅਲੱਗ-ਅਲੱਗ ਚਾਰजेस ਹੈ ਉਹ ਨਾਲ ਤੁਸੀਂ ਐਡ ਕਰਕੇ ਡੀਡੀ ਭਰ ਦੇਣੀ ਹੈ ਜੀ ਤੇ ਜਿਹੜਾ ਪਰਫਾਰਮ ਹੈ ਪਰਫਾਰਮੇ ਦੀ ਗੱਲ ਕਰ ਲੈਨੇ ਆ ਪਰਫਾਰਮੇ ਦਾ ਜਿਹੜਾ ਐਪਲੀਕੇਸ਼ਨ ਫਾਰਮ ਹੋਏਗਾ ਠੀਕ ਹੈ ਜੀ ਉਹ ਵੈਬਸਾਈਟ ਤੇ ਦਿੱਤਾ ਹੋਇਆ ਕੋਈ ਗੱਲ ਨਹੀਂ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਪਰਫਾਰਮੇ ਬਾਰੇ ਵੀ ਦੱਸ ਦਿਆਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਤਾਂ ਕਿ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹਦੀ ਜਾਣਕਾਰੀ तो सब तो पहला पहुँचे नोटिफिकेशन आ जाएगा जी पहला किन प्रेस करके रखियो जो तो एप्लीकेशन फॉर्म बारे आप डिस्कस करा अगली वीडियो उसद तो क्या मतलब है कि विल नॉट बी कंसीडर्ड मतलब कि जहाँ ने एप्लीकेशन कंप फॉर्मेट फॉरमेट दी होंिडर नहीं कि जेडे शॉर्ट लिस्ट कैंडीडेट ने गे उ इंटरव्यू बुलाए जाएंगे ठीक है बाय ईमेल इंटीमेटिंग डेट द टाइम ऑफ इंटरव्यू ਜ्यादा ਉਹਨਾਂ ਨੂੰ ਟੈਲੀਫੋਨਿਕਲੀ ਦੱਸਿਆ ਜਾਏਗਾ ਜਾਂ ਈਮੇਲ ਕੀਤੀ ਜਾਏਗੀ ਡੇਟ ਅਤੇ ਟਾਈਮ ਆਫ ਇੰਟਰਵਿਊ ਦੀ ਠੀਕ ਹੈ ਜੀ ਬਾਕੀ ਪਰਫਾਰਮੇ ਦੀ ਗੱਲ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਤੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜਾ ਪਰਫਾਰਮ ਹੈ ਉਹਦੀ ਜਾਣਕਾਰੀ ਵੀ ਤੁਹਾਡੇ ਕੋਲ ਪਹੁੰਚ ਸਕੇ ਠੀਕ ਹੈ ਜੀ ਪਰਫਾਰਮੇ ਦੀ ਵੀਡੀਓ ਆਪਾਂ ਹੁਣੇ ਹੀ ਅਪਲੋਡ ਕਰਦੇ ਹਾਂ ਠੀਕ ਹੈ ਨੋਟੀਫਿਕੇਸ਼ਨ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਬਾਕੀ ਹੋਰ ਪੋਸਟਰਸ ਪਈਆਂ ਨੇ ਜੀ ਚੈਨਲ ਦੇ ਉੱਪਰ ਸੁਜੈਸਟਰਡ ਦੇ ਵਿੱਚ ਦੇਖੋ ਪੋਸਟਰਸ ਸ਼ੋ ਕਰਦੀਆਂ ਨੇ ਉੱਪਰ ਸੁਜੈਸਟਰਡ ਦੇ ਵਿੱਚ ਹੋਣਗੀਆਂ ਐਂਡ ਸਕਰੀਨ ਤੇ ਸ਼ੋ ਕਰਦੀਆਂ ਨੇਗੀਆਂ ਪੋਸਟਰਸ ਆਪਣੇ ਚੈਨਲ ਤੇ ਵਿਜ਼ਿਟ ਕਰੋਗੇ ਚੈਨਲ ਤੇ ਕਾਫੀ ਪੋਸਟਰਸ ਪਈਆਂ ਨੇਗੀਆਂ ਠੀਕ ਹੈ ਜੀ ਜਿਵੇਂ ਹੁਣ ਰਾਤ ਪਾ ਕੇ ਹੱਡੇ ਆਪਾਂ 7298 ਪੁਲਿਸ ਦੀ ਭਰਤੀ ਆਈ ਹੋਈ ਹੈ ਉਹ ਬਾਅਦ ਰੱਖ ਕੇ ਅਨੇਗੀਆਂ ਪੋਸਟਰਸ ਪਾ ਕੇ ਹੱਡੇ ਆ ਪੀਜੀਆਈ ਚੰਡੀਗੜ੍ਹ ਦੀਆਂ ਪੋਸਟਰਸ ਨੇ ਉਹਨਾਂ ਨੂੰ ਦੇਖ ਲਓ ਤੁਸੀਂ ਹੋਰ ਕਾਫੀ ਪੋਸਟਸ ਪਈਆਂ ਨੇਗੀਆਂ ਇੱਕ ਵਾਰੀ ਚੈਨਲ ਨੂੰ ਵਿਜ਼ਿਟ ਕਰੋ ਸਾਰੀਆਂ ਪੋਸਟਸ ਪਈਆਂ ਨੇਗੀਆਂ ਜਿਹੜੀ ਪੋਸਟਸ ਨੂੰ ਲੱਗਦਾ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰੋ ਠੀਕ ਹੈ ਜੀ ਮਿਲਦੇ ਆ ਐਪਲੀਕੇਸ਼ਨ ਫਾਰਮ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਿਡ